ਦੇਖੋ ਅੱਜ ਲਤਾਲੇ ਪਿੰਡ ਆਏ ਸੀ ਅਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਜਦੋਂ ਉਹਦੇ ਨਾਲ ਵਾਹ ਪਿਆ ਹੋਵੇ ਅਤੇ ਉਹ ਗੱਲ ਨੂੰ ਯਾਦ ਰੱਖੇ। ਇਹ ਖਾਸ ਤੌਰ 'ਤੇ ਸਾਡਾ ਸਰਬਜੀਤ ਸਿੰਘ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ ਲੀਬੀਆ ਦੇ ਵਿੱਚ ਬੜੀ ਬੁਰੀ ਤਰ੍ਹਾਂ ਫਸੇ ਹੋਏ ਸੀ ਅਤੇ ਮੈਨੂੰ ਮੇਰੇ ਨਾਲ ਸੰਪਰਕ ਹੋਇਆ ਅਤੇ ਅਸੀਂ ਸੰਪਰਕ ਕੀਤਾ ਅੰਬੈਸੀ ਨਾਲ, ਮਿਨਿਸਟਰੀ ਨਾਲ, ਅਤੇ ਸਰਬਜੀਤ ਅਤੇ 2 ਹੋਰ ਸਾਥੀ ਸੀ ਉਹ ਵਾਪਸ ਲੈ ਕੇ ਆਉਂਦੇ, ਪਰ ਗੱਲ ਉਹ ਨਹੀਂ, ਉਹ ਤਾਂ ਸਾਡਾ ਕੰਮ ਆ। ਪਰ ਅੱਜ ਤੁਸੀਂ ਦੇਖੋ ਜਦ ਮੈਂ ਪਿੰਡ ਆਇਆ ਅਤੇ ਇਹਨਾਂ ਦੇ ਮਾਤਾ ਜੀ, ਇਹਨਾਂ ਦੇ ਵਾਈਫ ਅਤੇ ਖਾਸ ਤੌਰ 'ਤੇ ਉਸ ਗੱਲ ਨੂੰ ਯਾਦ ਰੱਖਦੇ ਹੋਏ ਫਿਰ ਮੈਨੂੰ ਮਿਲਣ ਆਏ ਨੇ, ਧੰਨਵਾਦ ਕਰਨ ਆਏ ਆ ਉਹਨਾਂ ਦੀ ਮਾਤਾ ਜੀ ਨੇ ਅਤੇ ਆਪ ਸਰਬਜੀਤ ਸਿੰਘ। ਇਹ ਹੁੰਦੀ ਆ ਗੱਲ ਅਸਲੀ, ਇਹ ਲੋਕ, ਇਹ ਸੰਸਕਾਰ ਨੇ, ਇਹ ਪੰਜਾਬ ਦਾ ਖੂਨ ਆ। ਅਤੇ ਮੈਂ ਕਹਿੰਦਾ ਸੀ ਹਜੇ ਵੀ ਮੈਂ ਇਹ ਕੋਈ ਗੱਲ ਦੱਸਣ ਵਾਲੀ ਨਹੀਂ, ਕਿਉਂਕਿ ਇਹ ਫਰਜ਼ ਆ, ਸਾਡੀ ਡਿਊਟੀ ਆ। ਪਰ ਇਹ ਅੱਗੇ ਆ ਕੇ ਆਪ ਇਹ ਗੱਲ ਅਤੇ ਅੱਜ ਦੁਬਾਰਾ ਇਹਨੇ ਪਿੰਡ ਜਦੋਂ ਇਕੱਠਾ ਹੋਇਆ ਚਾਨਣ ਪਾਇਆ ਅਤੇ ਇਹੋ ਜਿਹੇ ਲੋਕ, ਪਰਮਾਤਮਾ ਇਹਨਾਂ ਨੂੰ ਲੰਬੀਆਂ ਜ਼ਿੰਦਗੀਆਂ ਦੇਵੇ ਅਤੇ ਇਹਨਾਂ ਦੇ ਪਰਿਵਾਰ ਖੁਸ਼ ਰਹਿਣ, ਆਬਾਦ ਰਹਿਣ। ਐਪੀ ਸਾਹਿਬ ਗੱਲ ਕਰੀਏ ਵੀ ਸੋਸ਼ਲ ਮੀਡੀਆ 'ਤੇ ਹੋਰ ਵੀ ਇੱਦਾਂ ਦੇ ਕਈ ਨੌਜਵਾਨ ਜਿਹੜੇ ਦਹਾੜਾ ਮਾਰਦੇ ਨਜ਼ਰ ਆਉਂਦੇ ਆ, ਰੋਂਦੇ ਨਜ਼ਰ ਆਉਂਦੇ ਆ ਕਿ ਅਸੀਂ ਫਸ ਗਏ ਹਾਂ, ਕਿ ਇਹਨਾਂ ਲਈ ਵੀ ਤੁਹਾਡੇ ਅੱਗੇ ਉਪਰਾਲੇ ਇਹੋ ਜਿਹੇ ਚੱਲਦੇ ਰਹਿਣਗੇ? ਦੇਖੋ ਹਮੇਸ਼ਾ ਹਮੇਸ਼ਾ ਬਹੁਤ, ਦੇਖੋ ਅੱਜ ਆਪਣਾ ਦੁਨੀਆਂ ਇੱਕ ਹੋ ਗਈ, ਵੈਸੇ ਤਾਂ ਇਹ ਕੋਈ ਗੱਲ ਨਹੀਂ ਵੀ ਜੇ ਕੋਈ ਬਾਹਰ ਜਾਂਦਾ ਕੋਈ ਉਹ ਗੱਲ ਕੋਈ ਮਾੜੀ ਆ, ਦੁਨੀਆਂ ਇੱਕ ਹੋ ਗਈ ਆ, ਹਰ ਜਗ੍ਹਾ ਲੋਕ ਕੰਮ ਕਰਨ ਜਾਂਦੇ ਆ, ਹਰ ਜਗ੍ਹਾ ਨੌਕਰੀਆਂ ਮਿਲਦੀਆਂ। ਪਰ ਕਈ ਵਾਰ ਜਿਹੜੇ ਆਪਣੇ ਵਾਲੇ ਉਰੇ ਏਜੰਟ ਨੇ ਨਾ, ਉਹ ਇਸ ਜਿਹੀਆਂ ਗਲਤ ਜਗ੍ਹਾ ਭੇਜ ਦਿੰਦੇ ਆ ਜਿੱਥੇ ਕਿ ਉਹ ਅੱਗੇ ਟ੍ਰੈਪ 'ਚ ਫਸ ਜਾਂਦੇ ਆ, ਜਿਨ੍ਹਾਂ ਦੀ ਤਾਂ ਆਵਾਜ਼ ਪਹੁੰਚ ਜਾਂਦੀ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ। ਉਹਨਾਂ ਲਈ ਮੈਂ ਸਮਝਦਾ, ਮੈਂ ਨਹੀਂ, ਬੜੇ ਲੋਕ ਨੇ, NGO ਨੇ, ਬੜੇ ਲੋਕ ਸਮਾਜ ਸੇਵੀ ਨੇ ਜਿਹੜੇ ਵੱਧ ਚੜ੍ਹ ਕੇ ਅੱਗੇ ਕੰਮ ਕਰਦੇ ਆ, ਚਾਹੇ ਉੱਥੇ ਉਹਨਾਂ ਨੂੰ ਪੈਸੇ ਵੀ ਦੇਣੇ ਪੈਣ, ਕਿਉਂਕਿ ਮੁਸਲਿਮ ਕੰਟਰੀਆਂ 'ਚ ਕਈਆਂ 'ਚ ਪੈਸੇ ਦੇਣੇ ਪੈਂਦੇ ਆ। ਪਰ ਕੋਈ ਕਮੀ ਨਹੀਂ ਗੀ ਇਹੋ ਜਿਹੇ ਲੋਕਾਂ ਦੀ ਜਿਹੜੇ ਮਦਦ ਕਰਨ ਨੂੰ ਹਰ ਵੇਲੇ ਤਿਆਰ ਬੈਠੇ। ਬ੍ਰੇਕਿੰਗ ਨਿਊਜ਼ ਪੰਜਾਬ ਤੋਂ ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਸਰਬਜੀਤ ਬਨੇਸਰ ਦੀ ਰਿਪੋਰਟ।